हाँ जी भाजी, तुसीं साडे स्टूडियो च आए ते तुहानूं जी आया नूं जी। जी आए, सत श्री अकाल जी। जो मैनूं देखते ने साडे सारे अपने वीर भाई सत्संग जी, सारा सत श्री अकाल जी। भाजी तुहातों असीं एक गल पुछना चाहुंदे आ। हाँ जी दस्सो। जिवें हुण अपने वीर भाइयां दे विच, हिंदुआं दे विच, सिखां दे विच कोई तत्कार चल रहे आ, ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵੀਰਾ ਜੀ, ਮੈਂ ਇਹਨਾਂ ਦੇ ਵਿੱਚ ਸਿਰਫ ਕੁਛ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਹਰ ਇੱਕ ਇਨਸਾਨ ਜਾਣਦਾ ਕਿ ਪੋਲੀਟਿਕਸ ਤੋਂ ਉੱਤੇ ਦੀ ਕੁਛ ਨਹੀਂ ਹੈ। ਇੱਕ ਮੈਂ ਇਹ ਤੋਂ ਬੜੀ ਗੱਲ ਵੀ ਕਹਿਣਾ ਚਾਹੁੰਦਾ ਵੀ ਸਭ ਤੋਂ ਬੜੀ ਗੱਲ ਗਰੀਬੀ। ਗਰੀਬੀ ਕਿਉਂ? ਕਿਉਂਕਿ ਗਰੀਬ ਹੀ ਇਹਨਾਂ ਲੋਕਾਂ ਦੇ ਨਾਲ ਜੁੜਦੇ ਨੇ ਜਿਹੜੇ ਆਪਣੇ ਧਰਮ ਨੂੰ ਜਾਂ ਆਪਣੇ ਉਹਨੂੰ ਵੇਚਣ ਲਈ ਜਾਂ ਉਹਦਾ ਕਤਲੇਆਮ ਕਰਨ ਲਈ। ਭਾਅ ਜੀ, ਤੁਹਾਤੋਂ ਇੱਕ ਗੱਲ ਅਸੀਂ ਪੁੱਛਣਾ ਚਾਹਾਂਗੇ ਵੀ ਇਹ ਗਰੀਬੀ ਆਈ ਤੱਕ ਆਈ ਕਿਉਂ? ਇਹ ਗੱਲ ਤਾਂ ਤੁਸੀਂ ਪੁਆਇੰਟ ਹੀ ਇਹੋ ਜਿਹਾ ਫੜਿਆ ਕਿ ਗਰੀਬੀ ਤਾਂ ਤੁਸੀਂ ਛੱਡੀ ਦਿਓ ਜੀ। ਇਹ ਗਰੀਬਾਂ ਨੂੰ ਜਿਵੇਂ ਆਪਾਂ ਕਹਿ ਦਈਏ ਨਾ ਵੀ ਆਪਾਂ ਨੇ ਘਰ ਘਰ ਜਾ ਕੇ ਮੱਛਰ ਮਾਰਨਾ, ਇਹ ਵੀ ਇੱਕ ਆਪਣੇ ਜਿਵੇਂ ਕਹਿ ਦਈਏ ਕਿ ਗੌਰਮੈਂਟ ਜਾਂ ਆਪਣੇ ਰਾਜਨੀਤਿਕ ਦਾ ਹੀ ਇੱਕ ਸੁਧਾਰ ਰਿਹਾ ਪਹਿਲਾਂ ਤੋਂ ਹੀ ਕਿ ਆਪਾਂ ਨੇ ਘਰ ਘਰ ਜਾ ਆਪਾਂ ਨੇ ਗਰੀਬੀ ਚੱਕਣੀ ਹੈ। ਗਰੀਬੀ ਚੱਕਣੀ ਦੇ ਵਿੱਚ ਦੋ ਲਫ਼ਜ਼ ਬਣਦੇ ਨੇ ਜੀ। ਦੋ ਲਫ਼ਜ਼ ਕਿਹੜੇ ਨੇ? ਵੀ ਗਰੀਬੀ ਚੱਕਣੀ ਆ। ਉਹਨਾਂ ਨੇ ਇਹ ਸਮਝ ਲਿਆ ਵੀ ਗਰੀਬ ਨਹੀਂ ਚੱਕਣੇ, ਗਰੀਬੀ ਨਹੀਂ ਚੱਕਣੀ, ਗਰੀਬ ਹੀ ਚੱਕ ਦੇਣੇ ਆ। ਉਹਨਾਂ ਨੇ ਗਰੀਬ ਹੀ ਚੱਕੇ ਨੇ, ਗਰੀਬੀ ਨਹੀਂ ਚੱਕੀ ਭਾਅ ਜੀ। ਉਹਦੇ ਵਿੱਚ ਤੁਸੀਂ ਹਿਸਾਬ ਆਪ ਲਾ ਲਿਓ ਉਹਦੇ ਵਿੱਚ। ਠੀਕ ਆ ਜੀ, ਤੁਸੀਂ ਜੋ ਅਸੀਂ ਸਵਾਲ ਪੁੱਛੇ ਵਧੀਆ ਜਵਾਬ ਦਿੱਤੇ ਜੀ, ਪਰ ਅਸੀਂ ਤੁਹਾਤੋਂ ਇੱਕ ਹੋਰ ਸਵਾਲ ਪੁੱਛਣਾ ਚਾਹਾਂਗੇ ਵੀ ਚਲੋ ਤੁਸੀਂ ਹੁਣ ਪ੍ਰਦੇਸ਼ਾਂ ਦੇ ਵਿੱਚ ਰਹਿੰਦੇ ਹੋ, ਠੀਕ ਹੈ ਜੀ? ਪ੍ਰਦੇਸ਼ਾਂ ਬਾਰੇ ਦੱਸੋ ਜੀ। ਪ੍ਰਦੇਸ਼ਾਂ ਬਾਰੇ ਵੀ ਉਹਦੇ ਵਿੱਚ ਰਾਜਨੀਤੀ ਆ ਜਾਂਦੀ ਹੈ ਜੀ। ਮੈਂ ਇਹ ਨਹੀਂ ਕਹਿਣਾ ਵੀ ਮੈਂ ਪ੍ਰਦੇਸ਼ਾਂ ਦੇ ਵਿੱਚ ਬੈਠਾ, ਮੈਂ ਕਿਉਂ ਬੈਠਾ, ਕੀ ਬੈਠਾ। ਇਹ ਹਰ ਇੱਕ ਪ੍ਰਦੇਸੀ ਨੂੰ, ਹਰ ਇੱਕ ਇਨਸਾਨ ਨੂੰ, ਹਰ ਇੱਕ ਉਹਦੀ ਮਾਂ ਭੈਣ ਨੂੰ, ਹਰ ਇੱਕ ਉਹਦੇ ਭਾਈ ਨੂੰ, ਹਰ ਇੱਕ ਉਹਦੇ ਬੱਚੇ ਨੂੰ, ਹਰ ਇੱਕ ਉਹਦੀ ਮਾਂ ਨੂੰ ਜਿਹੜਾ ਆਪਣੇ ਬੱਚੇ ਨੂੰ ਘਰੋਂ ਤੋਰਦਾ ਅਤੇ ਕਿਵੇਂ ਤੋਰਦਾ, ਜਦੋਂ ਉਹਦਾ ਬੱਚਾ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਧੱਕੇ ਖਾਂਦਾ ਤਾਂ ਉਹ ਬੱਚਾ ਹੀ ਸਮਝ ਸਕਦਾ ਵੀ ਕਿ ਉਹਦਾ ਬੱਚਾ ਪ੍ਰਦੇਸ਼ਾਂ ਦੇ ਵਿੱਚ ਕਿਵੇਂ ਕੰਮ ਕਰਦਾ। ਅਸੀਂ ਤਾਂ ਹੁਣ ਯੂਟਿਊਬ 'ਤੇ ਤੁਹਾਨੂੰ ਜਾਂ ਕਿਵੇਂ ਵੀ ਕਰਕੇ ਵੀਡੀਓ ਪਾ ਰਹੇ ਹਾਂ, ਪਰ ਕਹਿਣ ਦਾ ਮਤਲਬ ਉਹ ਟਾਈਮ ਦੇ ਵਿੱਚ ਬੱਚਾ ਵੀ ਸਮਝ ਸਕਦਾ ਜਾਂ ਉਹਦੀ ਮਾਂ ਭੈਣ ਸਮਝ ਸਕਦੀ ਹੈ। ਪ੍ਰਦੇਸ਼ਾਂ ਦੇ ਵਿੱਚ ਧੱਕੇ ਖਾਣੇ, ਸੈਲਰੀਆਂ ਲੈਣੀਆਂ, ਖਬੂਸ ਖਾਣੇ ਜਾਂ ਸੁੱਕੀਆਂ ਰੋਟੀਆਂ ਨਾਲ ਆਪਣੇ ਅਚਾਰ ਨਾਲ ਰੋਟੀਆਂ ਖਾਣੀਆਂ। ਸਾਡੇ ਘਰ ਦੇ ਵਿੱਚ ਅਸੀਂ ਆਪਣੀ ਜੇ ਕਮਾਈ ਨਹੀਂ ਵੀ ਕਰਦੇ ਤਾਂ ਵੀ ਪੰਜਾਬ ਦੇ ਵਿੱਚ ਸਾਨੂੰ ਰੋਟੀ ਮਿਲਦੀ ਹੈ, ਪਰ ਇੱਥੇ ਉਹ ਸੁਭਲ ਨਹੀਂ ਹੈਗੀ ਜੀ। ਭਾਅ ਜੀ, ਅਸੀਂ ਇੱਕ ਹੋਰ ਗੱਲ ਦੇਖੀ ਆ ਵੀ ਜਿਵੇਂ ਹੁਣ ਇੱਥੋਂ ਜਾਂਦੇ ਆ ਅਰਬ ਦੇ ਵਿੱਚ ਕੋਈ ਜਾਂਦਾ ਜਾਂ ਦੁਬਈ ਦੇ ਵਿੱਚ ਜਾਂ ਇੱਥੋਂ ਲਾ ਲਓ ਜੀ ਕੁਵੈਤ ਦੇ ਵਿੱਚ ਜਾਂ ਕਤਰ ਦੇ ਵਿੱਚ ਜਾਂਦਾ, ਇੱਥੋਂ ਉਹਨਾਂ ਨੂੰ ਇਮੀਗ੍ਰੇਸ਼ਨ ਕਰਾਉਣ ਦੇ ਵਿੱਚ ਪੈਸੇ ਲੱਗਦੇ ਆ, ਉਹਦਾ ਕੀ ਚੱਕਰ? ਉਹਦੇ ਬਾਰੇ ਦੱਸੋਗੇ ਕੁਛ? ਭਾਅ ਜੀ, ਉਹਦੇ ਬਾਰੇ ਮੈਨੂੰ ਮੈਂ ਪੜ੍ਹਿਆ ਲਿਖਿਆ ਤਾਂ ਹੈ ਨਹੀਂ ਜੀ। ਮੈਂ ਥੋੜ੍ਹੀ ਮੈਟ੍ਰਿਕ ਪਾਸ ਹਾਂ ਜੀ, ਪਰ ਮੇਰੀ ਆਪਣੀ ਜੇ ਮੈਨੂੰ ਪੁੱਛਣਾ ਸਵਾਲ ਵੀ ਸਵਾਲ ਜਵਾਬ ਵੀ ਹੈ ਤਾਂ ਮੈਨੂੰ ਤਕਰੀਬਨ ਇਹਨਾਂ ਚੀਜ਼ਾਂ ਬਾਰੇ ਨਾ ਪੁੱਛੋ ਪਲੀਜ਼। ਅਤੇ ਜੇ ਪੁੱਛਣਾ ਵੀ ਹੈ ਤਾਂ ਆਪਣੇ ਦੇਸ਼ ਲਈ ਜਾਂ ਆਪਣੇ ਬੱਚਿਆਂ ਲਈ, ਆਪਣੇ ਮਾਂ ਭੈਣ ਲਈ ਜਾਂ ਆਪਣੇ ਯਾਰਾਂ ਦੋਸਤਾਂ ਲਈ ਵੀ ਉਹਨਾਂ ਲਈ ਕੀ ਕਰਨਾ, ਗਰੀਬੀ ਲਈ ਕੀ ਕਰਨਾ, ਉਹਦੇ ਲਈ ਪੁੱਛੋ। ਇਹਨਾਂ ਐਮੀਗ੍ਰੇਸ਼ਨਾਂ ਲਈ ਜਾਂ ਉਹਨਾਂ ਲਈ ਉਹ ਉਹਨਾਂ ਨੂੰ ਉਹਨਾਂ ਬਾਰੇ ਪੁੱਛਣਾ ਤਾਂ ਏਜੰਟਾਂ ਨੂੰ ਪੁੱਛੋ, ਮੈਂ ਏਜੰਟ ਨਹੀਂ ਹਾਂ। ਨਹੀਂ ਨਹੀਂ ਫਿਰ ਵੀ ਤੁਸੀਂ ਥੋੜ੍ਹਾ ਘਣਾ, ਤੁਸੀਂ ਵੀ ਅਕਸਰ ਪ੍ਰਦੇਸ਼ਾਂ ਜਾਏ, ਇੰਨਾ ਕੁ ਦਾ ਨੌਲੇਜ ਦੇ ਸਕਦੇ ਹੋ ਸਾਨੂੰ? ਭਾਅ ਜੀ, ਇੱਥੇ ਆ ਕੇ ਧੱਕੇ ਖਾ ਰਹੇ ਹਾਂ, ਉਹ ਖਾਈ ਜਾਂਦੇ ਹਾਂ ਜਿੰਨਾ ਸਾਡੇ ਉਹਦਾ ਦਾਣਾ ਪਾਣੀ ਲਿਖਿਆ, ਉਰੇ ਆ ਕੇ ਰੋਈ ਜਾਂਦੇ ਹਾਂ। ਜੇ ਆਪਾਂ ਕਹਿ ਦਈਏ ਵੀ ਜੇ ਅਸੀਂ ਤੜਕਾ ਲਾਉਣਾ ਪਿਆਜ਼ ਕੱਟਣ ਲੱਗ ਜਾਂਦਾ ਤਾਂ ਪਿਆਜ਼ ਕੱਟਣ ਦੇ ਬਹਾਨੇ ਸਾਨੂੰ ਰੋਣਾ ਪੈਂਦਾ।
ਨਹੀਂ ਵੀ ਤਾਂ ਫਿਰ ਕੱਟਣ ਦੇ ਬਹਾਨੇ ਰੋਣਾ ਪੈਂਦਾ ਮੇਰੀ ਗੱਲ ਤਾਂ ਭਾਜੀ ਗੌਰਮੈਂਟਾਂ ਦੀ ਹੈ ਨਾ। ਗੌਰਮੈਂਟਾਂ ਦੀ ਗੱਲ ਆ ਤਾਂ ਗੌਰਮੈਂਟਾਂ ਦੀ ਗੱਲ ਤਾਂ ਮੈਨੂੰ ਜੇ ਪੁੱਛਣੀ ਆ ਤਾਂ ਆਪਣੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਪੁੱਛੋ, ਪਰ ਮੈਨੂੰ ਇਹ ਪੜ੍ਹਾਈ ਲਿਖਾਈ ਦੇ ਸਵਾਲਾਂ ਜਵਾਬਾਂ ਦਾ ਨਹੀਂ ਇੰਨਾ ਨੌਲੇਜ ਨਹੀਂ ਹੈਗੀ, ਨਾ ਮੈਨੂੰ ਪਤਾ, ਮੈਂ ਵੀ ਧੱਕੇ ਖਾ ਕੇ ਆਇਆ। ਫਿਰ ਚਲੋ ਤੁਸੀਂ ਭਾਜੀ ਆਪਦੀ ਨਿੱਜੀ ਜ਼ਿੰਦਗੀ ਬਾਰੇ ਦੱਸ ਦਿਓ, ਤੁਸੀਂ ਕਿਵੇਂ ਇੱਥੇ ਪਹੁੰਚੇ ਪਰਦੇਸ਼? ਪਰਦੇਸ਼ ਭਾਜੀ ਕਿਵੇਂ ਪਹੁੰਚਣਾ ਹੁੰਦਾ ਉਹ ਛੱਡੋ ਜੀ ਭਾਜੀ, ਪਰਦੇਸ਼ ਕਿਵੇਂ ਪਹੁੰਚ ਕੇ ਕੀ ਕੀਤਾ ਕੀ ਨਹੀਂ ਕੀਤਾ ਉਹਨਾਂ ਨੂੰ ਛੱਡੋ ਤੁਸੀਂ। ਪਰ ਕਹਿਣ ਦਾ ਮਤਲਬ, ਮੈਂ ਆਪਣੇ ਜਿਹੜੇ ਵੀ ਨੌਜਵਾਨ ਵੀਰ ਉੱਧਰੋਂ ਚਾਹ ਰੱਖਦੇ ਨੇ ਵੀ ਅਸੀਂ ਪਰਦੇਸ਼ ਜਾਣਾ, ਪਹਿਲੀ ਗੱਲ ਤਾਂ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਇੰਨੀ ਕੁ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਜੋ ਵੀ ਕਦਮ ਚੁੱਕਣਾ ਆਪਣੇ ਲਈ, ਆਪਣੀ ਇੰਨੀ ਕੁ ਹਿੰਮਤ ਉਠਾਓ, ਇੰਨੀ ਕੁ ਹਿੰਮਤ ਉਠਾਓ ਕਿ ਸੁਬਹਾ 5 ਵਜੇ ਉੱਠ ਕੇ, ਪਹਿਲਾਂ ਕਹਿੰਦੇ ਹੁੰਦੇ ਜੀ 4 ਵਜੇ ਉੱਠ ਕੇ ਨਿਤਨੇਮ ਕਰਿਆ ਕਰੋ, 5 ਵਜੇ ਉੱਠ ਕੇ ਵੀ 15 ਮਿੰਟ ਵੀ ਨਿਤਨੇਮ ਕਰ ਲਓ ਜਪਜੀ ਸਾਹਿਬ ਦਾ, ਤਾਂ ਤੁਹਾਨੂੰ ਇੱਧਰ ਆਉਣ ਦੀ ਲੋੜ ਨਹੀਂ ਪੈਣੀ ਭਾਅ ਜੀ। ਇਹ ਪਤਾ ਕੀ ਹੈ, ਇਹ ਜਿਹੜੇ ਗੁਰਮੁਖ ਹੁੰਦੇ ਆ ਉਹ ਜੁੜੇ ਰਹਿੰਦੇ, ਜਿਹੜੇ ਮਨਮੁਖ ਹੁੰਦੇ ਆ ਉਹ ਤੁਰੇ ਰਹਿੰਦੇ ਆ ਇਹਦੇ ਵਿੱਚ। ਸੋਰੀ ਭਾਜੀ, ਭਾਜੀ ਆ ਤਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ, ਹਰ ਇੱਕ ਗੁਰਮੁਖ ਨੂੰ ਚਾਹੀਦਾ ਕਿ ਸੁਬਹਾ 4 ਵਜੇ ਉੱਠ ਕੇ, ਨਹੀਂ ਤਾਂ 4:30 ਜਦੋਂ ਵੀ ਉਹਦਾ ਖੁੱਲ੍ਹੇ ਤਾਂ ਚਲੋ ਜਿਵੇਂ ਆਪਣੇ ਹੁਣ ਨਿਤਨੇਮ ਹੁੰਦਾ ਕਰਨਾ ਚਾਹੀਦਾ। ਇਹ ਤਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਬਹੁਤ ਹੀ ਜ਼ਿਆਦਾ ਵਧੀਆ ਗੱਲ ਕੀਤੀ ਹੈ। ਪਰ ਫਿਰ ਵੀ ਅਸੀਂ ਹੁਣ, ਤੁਸੀਂ ਹੁਣ ਬੈਠੇ ਹੋ ਬਾਹਰ, ਵੀ ਤੁਸੀਂ ਨਿਤਨੇਮ ਕਿਵੇਂ ਕਰਦੇ ਹੋ? ਭਾਅ ਜੀ ਅਸੀਂ ਦਾਰੂ ਪੀ ਲੈਂਦੇ ਹਾਂ, ਸਵੇਰੇ ਉੱਠੀ ਦਾ 2-4 ਤੋਂ ਗਾਣਾ ਖਾ ਲਈ, ਨਿਤਨੇਮ ਆਪੇ ਹੋ ਜਾਂਦਾ ਜੀ ਭਾਅ ਜੀ। ਇੱਥੇ ਨਿਤਨੇਮ ਦਾ ਗੱਲ ਕਰਨ ਦਾ ਫਾਇਦਾ ਨਹੀਂ ਹੈਗਾ ਭਾਅ ਜੀ, ਨਿਤਨੇਮ ਕਰੀਦਾ ਅਤੇ ਜਿੰਨਾ ਕੁ ਹੁੰਦਾ ਉਹ ਕੰਮ ਦੇ ਵਿੱਚ ਕਰੀਦਾ ਭਾਅ ਜੀ। ਇੱਥੇ ਵੈਸੇ ਤਾਂ ਅੱਧੀ ਅੱਧੀ ਦੇਰ ਰਾਤ ਤੱਕ ਨੀਂਦ ਨਹੀਂ ਆਉਂਦੀ, ਕਿ ਖਟਮਲ ਖਾ ਜਾਂਦੇ ਆ, ਕੁਛ ਖਾ ਜਾਂਦਾ ਕਦੇ ਕੁਛ ਖਾ ਜਾਂਦਾ। ਪਹਿਲੀ ਗੱਲ ਤਾਂ ਖਾਣਾ ਬਣਾਉਣ 'ਤੇ ਖਾ ਜਾਂਦਾ, ਉਹ ਤਾਂ ਜਦੋਂ ਖਾਣਾ ਬਣਾਈਦਾ ਉਦੋਂ ਟਾਈਮ ਭੁੱਖ ਮਰ ਜਾਂਦੀ ਹੈ, ਉਹਦਾ ਫਾਇਦਾ ਕੋਈ ਨਹੀਂ ਜੀ ਭਾਅ ਜੀ। ਮੈਂ ਇਸੇ ਕਰਕੇ ਤਾਂ ਕਹਿੰਦਾ ਨਿਤਨੇਮ ਕਰੋ, ਆਪਣੇ ਘਰੇ ਕਰੋ, ਵੀ ਸਾਨੂੰ ਪਰਮਾਤਮਾ ਇੱਥੇ ਦੇਵੇ ਨਾ ਕਿ ਇਹਨਾਂ ਦੇ ਕੋਲ ਆ ਕੇ ਸਾਨੂੰ ਉਹ ਕਰਨ ਦੀ ਲੋੜ ਨਾ ਪਵੇ। ਨਹੀਂ ਫਿਰ ਵੀ ਭਾਅ ਜੀ ਤੁਸੀਂ ਕੋਈ ਗੁਰੂ ਨਾਨਕ ਦੇਵ ਦੀ ਫੋਟੋ ਲਾਈ ਹੋਊ ਜਾਂ ਕੁਛ ਹੋਰ? ਭਾਅ ਜੀ ਪਹਿਲੀ ਗੱਲ ਤਾਂ ਫੋਟੋਆਂ ਦੀ ਪੂਜਾ ਕਰਨਾ ਪੰਜਾਬੀਆਂ ਦੇ ਜਾਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਕਿਸੇ ਵੀ ਧਰਮ ਦੇ ਵਿੱਚ ਅਲਾਊਡ ਨਹੀਂ ਹੈ। ਮੈਂ ਇਹ ਨਹੀਂ ਕਹਿੰਦਾ ਵੀ ਮੁਸਲਿਮ ਧਰਮ ਦੇ ਵਿੱਚ ਅਲਾਊਡ ਨਹੀਂ ਹੈਗੀ, ਸਾਡੇ ਧਰਮ ਦੇ ਵਿੱਚ ਕਿਸੇ ਵੀ ਫੋਟੋ ਦੀ ਪੂਜਾ ਕਰਨ ਦੀ ਪਰੰਪਰਾ ਨਹੀਂ ਹੈਗੀ, ਜਾਂ ਜੇ ਹੈਗੀ ਹੈ ਤਾਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿਖਾ ਦਿਉ ਅਤੇ ਮੈਂ ਉਹਨਾਂ ਨੂੰ ਉਹ ਕਰਾਂਗਾ ਵੀ ਹਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਦੱਸਿਆ ਸੀਗਾ ਵੀ ਹਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ। ਇੱਕ ਕਵੀ ਨੇ, ਮੇਰੀ ਇੱਕ ਗੱਲ ਨੋਟ ਕਰਿਓ, ਸਾਡੇ ਇੱਕ ਕਵੀ ਨੇ ਪੁੱਛਿਆ ਸੀਗਾ, ਉਹਨਾਂ ਨੇ ਜਦੋਂ ਫੋਟੋ ਬਣਾਉਣੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ, ਉਹਨਾਂ ਨੇ ਇੰਨੀ ਗੱਲ ਪੁੱਛੀ ਸੀ ਆਪਣੇ ਗੁਆਦਰੀ ਕੋਲੋਂ ਜਾਂ ਗੰਗਾ ਕੋਲੋਂ ਵੀ ਇੱਥੇ ਮੈਂ ਕੰਗਣ ਸਿੱਟੇ ਸੀ, ਵੀ ਉਹਨਾਂ ਨੇ ਇੱਥੇ ਗੰਗੇ ਸਿੱਟੇ ਦੀ ਗੁਆਦਰੀ ਤੁਹਾਡਾ ਕੀ ਉਹਦੇ ਵਿੱਚ ਹੋਊਗਾ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਬਣਾਉਣੀ ਹੈ। ਉਹ ਚੁੱਪ, ਹਰ ਇੱਕ ਚੁੱਪ ਰਹਿੰਦਾ ਭਾਅ ਜੀ, ਉਹਨਾਂ ਦੀ ਕੋਈ ਤਸਵੀਰ ਨਹੀਂ, ਜੇ ਉਹਨਾਂ ਦੀ ਤਸਵੀਰ ਲੈ ਕੇ ਆਉਣੀ ਆ ਆਪਣੇ ਆਪ ਨੂੰ ਅੰਦਰ ਲੈ ਕੇ ਜਾਓ, ਉਹਨਾਂ ਦੀ ਤਸਵੀਰ ਆਪਣੇ ਆਪ ਅੰਦਰੋਂ ਬਾਹਰ ਆਊਗੀ, ਤੁਹਾਨੂੰ ਕਿਸੇ ਤਸਵੀਰ ਦੀ ਦੇਖਣ ਦੀ ਲੋੜ ਨਹੀਂ ਹੈਗੀ, ਨਾ ਗੁਰੂ ਨਾਨਕ ਦੇਵ ਜੀ ਦੀ ਨਾ ਗੁਰੂ ਗੋਬਿੰਦ ਸਿੰਘ ਜੀ ਦੇਖਣ ਦੀ ਲੋੜ ਹੈਗੀ। ਪਰ ਜੇ ਉਹਨਾਂ ਦੇ ਸਿਧਾਂਤਾਂ 'ਤੇ ਚੱਲੋਗੇ ਤਾਂ ਤੁਹਾਨੂੰ ਸਾਰੀਆਂ ਹੀ ਤਸਵੀਰਾਂ ਆਪਣੇ ਆਪ ਤੁਹਾਡੇ ਇੱਥੇ ਆਉਣਗੀਆਂ ਮਸਤਕ ਦੇ ਵਿੱਚ, ਔਰ ਪਰਮਾਤਮਾ ਤੁਹਾਡੇ ਅੰਦਰੋਂ ਹੀ ਪੈਦਾ ਹੋਊਗਾ, ਨਾ ਕਿ ਕਿਤੇ ਬਾਹਰੋਂ ਹੋਊਗਾ। ਪਲੀਜ਼, ਤੁਹਾਡੀਆਂ ਇੱਕ ਗੱਲਾਂ ਤੋਂ ਪਤਾ ਚੱਲਦਾ ਹੈ ਤੁਸੀਂ ਗੁਰਸਿੱਖ ਦੇ ਪਰਿਵਾਰ ਦੇ ਨਾਲ ਪੂਰਾ ਸੰਬੰਧ ਹੈ, ਤੋਂ ਇਹ ਗੁਰਸਿੱਖ ਵੀਰ ਹੋ, ਠੀਕ ਹੈ ਜੀ। ਭਾਅ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੇਰਾ ਪਰਿਵਾਰ ਇੰਨਾ ਕੁ ਦੁਖੀ ਹੈ, ਦੁਖੀ ਹੁਣ ਨਹੀਂ ਹੈਗਾ ਪਰ ਦੁਖੀ ਉਹ ਟਾਈਮ ਸੀਗਾ ਜਦੋਂ ਮੇਰਾ ਬਾਪ ਆਪਣੀਆਂ ਜ਼ਮੀਨਾਂ ਛੱਡ ਕੇ ਕਿਸੇ ਦੀ ਨੌਕਰੀ ਕਰਦਾ ਸੀ। ਸੋਰੀ, ਹੋਰ ਕੋਈ ਗੱਲ ਕਰੋ। ਚਲੋ ਜੀ, ਇਹ ਇੱਕ ਹੀ ਤੁਹਾਡੇ ਗੱਲ ਬਾਰੇ ਪੁੱਛਾਂਗੇ, ਜੇ ਤੁਸੀਂ ਅੱਜ ਜ਼ਿਆਦਾ ਕਿਸੇ ਨੂੰ ਕੀ ਨੂੰ ਪਿਆਰ ਕਰਦੇ ਹੋ? ਪਿਆਰ
ਪਿਆਰ ਜੇ ਕਰਨਾ ਹੈ ਭਾਜੀ ਇਨਸਾਨੀਅਤ ਨੂੰ ਕਰੋ, ਪਰਮਾਤਮਾ ਨੂੰ ਕਰੋ, ਜੋ ਹਰ ਇੱਕ ਇਨਸਾਨ ਦੇ ਅੰਦਰ ਹੈ, ਹਰ ਇੱਕ ਦਾ ਸਤਿਕਾਰ ਕਰੋ। ਬਸ ਇਸ ਤੋਂ ਵੱਧ ਮੇਰਾ ਤਾਂ ਕਹਿਣਾ ਕੁਛ ਨਹੀਂ ਹੈਗਾ, ਬਾਕੀ ਦਰਸ਼ਕ ਆਪ ਹੀ ਸਮਝਦਾਰ ਨੇ। ਤੁਸੀਂ ਪੰਜਾਬ ਬਾਰੇ ਕੀ ਸੋਚਦੇ ਹੋ? ਪੰਜਾਬ ਬਾਰੇ ਤਾਂ ਭਾਜੀ ਬਾਦਲੋਂ ਨਹੀਂ ਸੋਚਣ, ਆਪਾਂ ਨੂੰ ਸੋਚਣ ਦੀ ਉਹ। ਫਿਰ ਵੀ ਤੁਹਾਡੇ ਬਾਰੇ ਵੀ ਕੀ ਵਿਚਾਰ? ਮੇਰਾ ਤਾਂ ਵਿਚਾਰ ਇੱਕ ਹੀ ਗੱਲ ਆ ਭਾਜੀ, ਕਿ ਪੰਜਾਬ ਦਾ ਤਾਂ ਰੱਬ ਹੀ ਰਾਖਾ ਹੈ, ਜੋ ਪੰਜਾਬ ਨੂੰ ਬਚਾ ਹੀ ਪਰਮਾਤਮਾ ਬੈਠਾ, ਬਚਾ ਕੇ ਹੀ ਪਰਮਾਤਮਾ ਬੈਠਾ ਹੈ ਭਾਜੀ। ਇਹਨੂੰ ਕੋਈ ਵੀ ਨਹੀਂ ਬਚਾ ਸਕਦਾ, ਇਹਨੂੰ ਕੋਈ ਸਿਆਸੀਅਤ ਜਾਂ ਸਾਨੂੰ ਕੋਈ ਗੌਰਮੈਂਟ ਜਾਂ ਸਾਨੂੰ ਅਕਾਲੀ ਦਲ, ਨਾ ਸਾਨੂੰ ਬਾਦਲ, ਨਾ ਸਾਨੂੰ ਕੈਪਟਨ, ਨਾ ਸਾਨੂੰ ਹੋਰ, ਪਰ ਇਹਦੇ ਵਿੱਚ ਕਿਸੇ ਨੂੰ ਵੀ ਮੈਂ ਦੋਸ਼ੀ ਨਹੀਂ ਠਹਿਰਾ ਸਕਦਾ। ਪਰ ਇਨਸਾਨ ਹੀ ਇਨਸਾਨ ਉਹ ਹੈ ਕਿ ਜੋ ਵੀ ਕਰਦਾ ਹੈ ਨਾ, ਇਨਸਾਨ ਜੇ ਇਨਸਾਨ ਨੂੰ ਇਨਸਾਨ ਸਮਝਣ ਲੱਗ ਜਾਵੇ ਨਾ, ਤਾਂ ਪੰਜਾਬ ਸੋਨੇ ਆਪਣੇ ਮਿੱਟੀ ਦੀ ਚਿੜੀਆ ਤੋਂ ਸੋਨੇ ਦੀ ਚਿੜੀਆ ਬਣਨ ਲੱਗੀ ਮਿੰਟ ਲੱਗੇ, ਮਿੱਟੀ ਦੀ ਚਿੜੀਆ ਤੋਂ। ਪਹਿਲਾਂ ਇਹਨੂੰ ਕਹਿੰਦੇ ਸੀ ਸੋਨੇ ਦੀ ਚਿੜੀਆ। ਤੁਸੀਂ ਅੱਜ ਬਾਹਰ ਬੈਠੇ ਹੋ, ਤੁਹਾਡਾ ਦਿਲ ਨਹੀਂ ਕਰਦਾ ਕਿ ਪੰਜਾਬ ਜਾਵਾਂ? ਭਾਜੀ ਆ ਕਿਹੜੀ ਕਮਾਲ ਦੀ ਗੱਲ ਕਰਤੀ, ਅਤੇ ਮੈਂ ਤਾਂ ਇੱਕ ਇੱਕ ਸਕਿੰਟ ਇੱਕ ਇੱਕ ਮਿੰਟ ਉਸ ਚੀਜ਼ ਲਈ ਜਾਣ ਲਈ ਤਾਂ ਦਿਲ ਕਰੇ, ਜੇ ਆਪਾਂ ਨਾ ਸੋਚਿਆ ਹੋਵੇ। ਮੈਂ ਤਾਂ ਹਰ ਟਾਈਮ ਹੀ ਪੰਜਾਬ ਰਹਿਣਾ, ਇੱਥੇ ਮੈਂ ਕਤਰ ਦੇ ਵਿੱਚ ਰਹਿਣਾ, ਕਤਰ ਦੇ ਵਿੱਚ ਮੈਂ ਸੋਚੀ ਨਹੀਂ ਮੈਂ ਕਤਰ 'ਚ ਰਹਿਣਾ। ਕਤਰ 'ਚ ਸਿਰਫ ਇੱਕ ਮੇਰਾ ਜਿਸਮ ਰਹਿੰਦਾ, ਰੂਹ ਜੇ ਰਹਿੰਦੀ ਹੈ ਤਾਂ ਮੇਰੀ ਪੰਜਾਬ 'ਚ ਰਹਿੰਦੀ ਹੈ। ਆਹ ਤਾਂ ਬੜੀ ਸੋਹਣੀ ਗੱਲ ਕਹੀ ਹੈ ਜੀ ਤੁਸੀਂ। ਹਰ ਇੱਕ ਮੁੰਡੇ ਦੀ ਇਹੋ ਜਿਹੀ ਸੋਚ ਹੋ ਜਾਵੇ ਤਾਂ ਵਧੀਆ ਗੱਲ ਹੈ ਜੀ। ਪਰ ਫਿਰ ਵੀ ਤੁਹਾਡੇ ਕੋਲੋਂ ਇੱਕ ਸਵਾਲ ਹੋਰ ਪੁੱਛਾਂਗਾ ਜੀ। ਤੁਸੀਂ ਜਜ਼ਬਾਤੀ ਹੋ ਕੇ ਲੱਗਦੇ ਜੀ। ਜਜ਼ਬਾਤੀ ਨਹੀਂ, ਜਜ਼ਬਾਤ ਜੇ ਕਰਦਾ ਵੀ ਹੈ ਤਾਂ ਸਾਨੂੰ ਸਾਡਾ ਪੰਜਾਬ ਕਰਦਾ। ਬਹੁਤ ਵਧੀਆ ਗੱਲ ਹੈ ਜੀ। ਸਾਨੂੰ ਸਾਡਾ ਪੰਜਾਬ ਕਰਦਾ, ਸਾਨੂੰ ਸਾਡਾ ਪਿਆਰ ਕਰਦਾ, ਸਾਨੂੰ ਸਾਡਾ ਹਿੰਦੂ ਧਰਮ ਕਰਦਾ, ਸਾਨੂੰ ਸਾਡਾ ਸਿੱਖ ਧਰਮ ਕਰਦਾ, ਸਾਨੂੰ ਸਾਡਾ ਜਜ਼ਬਾਤ ਕਰਦਾ, ਮੁਸਲਿਮ ਸਿੱਖ ਕਰਦਾ। ਅਤੇ ਇਹਦੇ ਵਿੱਚ ਸਾਨੂੰ ਤਾਂ ਕਰਦਾ ਕਿਉਂਕਿ ਸਾਨੂੰ ਹਰੇਕ ਹੀ ਇਨਸਾਨ ਦੇ ਵਿੱਚ ਪਰਮਾਤਮਾ ਦਿਖਦਾ। ਜੇ ਬੰਦੇ ਨੂੰ ਦੇਖਣ ਵਾਲੀ ਅੱਖ ਨਹੀਂ, ਸਾਡਾ ਦੂਸਰਾ ਕੋਈ ਵੱਖ ਨਹੀਂ, ਜਾਂ ਸਾਡੀ ਦੇਖਣ ਵਾਲੀ ਅੱਖ ਨਹੀਂ, ਸਾਨੂੰ ਇਹੀ ਦਿਖਦਾ ਕਿ ਅਸੀਂ ਸਿੱਖ ਹੀ ਮਾਰਨਾ, ਤਾਂ ਉਹਨੇ ਸਿੱਖ ਹੀ ਮਾਰਨਾ। ਜੇ ਜਿਹੜੇ ਬੰਦੇ ਨੇ ਇਹ ਸੋਚਣਾ, ਆਪਣੀ ਅੱਖਾਂ ਨਾਲ ਦੇਖਣਾ ਜਾਂ ਆਪਣੇ ਪਰਮਾਤਮਾ ਨੂੰ ਮੁੱਖ ਰੱਖ ਕੇ ਦੇਖਣਾ ਵੀ ਅਸੀਂ ਸਿੱਖ ਨੂੰ ਮਾਰਨਾ, ਤਾਂ ਉਹਦੇ ਮਨ ਆਪਣੇ ਮਨ ਦੇ ਵਿੱਚ ਸੋਚ ਕੇ ਦੇਖੇ ਵੀ ਮੈਂ ਸਿੱਖ ਨੂੰ ਮਾਰ ਰਿਹਾ ਜਾਂ ਮੈਂ ਹਿੰਦੂ ਨੂੰ ਮਾਰ ਰਿਹਾ ਜਾਂ ਮੈਂ ਮੁਸਲਮਾਨ ਨੂੰ ਮਾਰ ਰਿਹਾ, ਪਹਿਲਾਂ ਇਹ ਸੋਚ ਕੇ ਦੇਖੇ ਮੈਂ ਇਨਸਾਨੀਅਤ ਮਾਰਨੀ ਹੈ, ਤਾਂ ਉਹਦੇ ਆਪਣੇ ਆਪ ਹੀ ਦਿਮਾਗ ਦੇ ਵਿੱਚ ਆਊ ਮੈਂ ਇਨਸਾਨੀਅਤ ਨੂੰ ਕਿਉਂ ਮਾਰਨਾ। ਅਸੀਂ ਆਪਣੇ ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ ਜਾਂ ਰਾਮ ਨੂੰ, ਰਹੀਮ ਨੂੰ ਕਿਵੇਂ ਬਚਾਉਣਾ, ਉਹ ਆਪਣੇ ਇਨਸਾਨੀਅਤ ਤੌਰ 'ਤੇ ਉਹਨੂੰ ਰੋਕ ਸਕਦਾ। ਬਸ ਇਸ ਕਰਕੇ ਥੋੜ੍ਹੇ ਜਜ਼ਬਾਤੀ ਹੋ ਜਾਂਦੇ, ਬਾਕੀ ਕੋਈ ਗੱਲ ਨਹੀਂ ਹੈਗੀ, ਉਹ ਜਿਵੇਂ ਚੱਲਦਾ ਚੱਲੀ ਜਾਣ ਦਿਓ, ਆਪਾਂ ਨੂੰ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਭਾਜੀ। ਭਾਜੀ ਅਸੀਂ ਇੰਟਰਵਿਊ ਲੈਣਾ ਜੀ ਤੁਹਾਡੀ, ਤੁਸੀਂ ਥੋੜ੍ਹਾ ਜਜ਼ਬਾਤੀ ਨਾ ਹੋ, ਅਸੀਂ ਕੋਈ ਹੋਰ ਸਵਾਲ ਪੁੱਛ ਲੈਂਦੇ ਤੁਹਾਤੋਂ। ਅੱਛਾ, ਤੁਹਾਡੀ ਹੋਬੀ ਕੀ ਹੈ? ਉਹਦੇ ਬਾਰੇ ਮੈਂ ਇੰਗਲਿਸ਼ ਪੜ੍ਹਿਆ ਨਹੀਂ ਜੀ, ਹੋਬੀ ਪੰਜਾਬੀ ਦੱਸੋ ਜੀ। ਤੁਹਾਡੀ ਪਸੰਦ ਕੀ ਆ? ਪਸੰਦ ਕੀ ਹੈ ਜੀ, ਸਿੱਧਾ ਰਹਿਣਾ ਰਹਿਣਾ ਔਰ ਸਦਾ ਆਜ਼ਾਦ ਰਹਿਣਾ ਭਗਤ ਸਿੰਘ ਵਾਲ। ਬਹੁਤ ਵਧੀਆ, ਬਹੁਤ ਵਧੀਆ ਗੱਲ ਕੀਤੀ ਜੀ ਤੁਸੀਂ। ਮੈਨੂੰ ਆਪਣੀ ਸਭ ਤੋਂ ਬੜੀ ਪਸੰਦ ਆ ਕਿ ਜੋ ਦਿਲ 'ਤੇ ਆਇਆ ਉਹ ਕਰਨਾ, ਨਹੀਂ ਤਾਂ ਨਹੀਂ ਕਰਨਾ, ਨਹੀਂ ਕਰਨਾ, ਨਹੀਂ ਕਰਨਾ। ਆਹ ਤਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ, ਭਗਤ ਸਿੰਘ ਦਾ ਨਾਂ ਲੈ ਕੇ ਨਾ ਬਹੁਤ ਵਧੀਆ ਗੱਲ ਕੀਤੀ ਤੁਸੀਂ। ਹੋਰ ਭਾਜੀ ਇੱਕ ਅੱਧਾ ਸਵਾਲ ਪੁੱਛ ਸਕਦੇ ਹੋ ਤੁਹਾਤੋਂ? ਭਾਜੀ ਕੋਈ ਗੱਲ ਨਹੀਂ ਜੀ, ਉਹ ਤੁਹਾਡਾ ਦਿਲ ਕਰਦਾ, ਅਸੀਂ ਤਾਂ ਫ੍ਰੀ ਹਾਂ ਜੀ, ਅੱਜ ਤਾਂ ਹੁਣ ਵੱਧ ਤੋਂ ਵੱਧ 15-20 ਮਿੰਟ ਬਾਅਦ ਖਾਣਾ ਬਣਾਉਣਾ, ਉਹ ਅਸੀਂ ਬਣਾ ਹੀ ਲੈਣਾ। ਚਲੋ ਕੋਈ ਗੱਲ ਨਹੀਂ, ਮੈਂ ਤੜਕਾ ਕੱਟਣਾ,
ਕੱਟਕੇ ਆਪਣਾ ਬਣਾ ਕੇ ਖਾ ਲੈਣਾ ਬਸ। ਚਲੋ ਭਾਅ ਜੀ, ਪਰਦੇਸਾਂ ਦੀ ਜ਼ਿੰਦਗੀ ਤੁਹਾਡੀ ਤਾਂ ਵੈਸੇ ਇੰਨੀ ਚੰਗੀ ਤਾਂ ਹੈ ਨਹੀਂ ਭਾਅ ਜੀ। ਸਾਡੇ ਦੇਸ਼ ਚੰਗੇ ਹੋਣ ਤਾਂ ਸਾਨੂੰ ਪਰਦੇਸਾਂ ਨੂੰ ਧੱਕੇ ਖਾਣੇ ਦੀ ਲੋੜ ਨਾ ਪਵੇ। ਸਾਡੀ ਸਰਕਾਰ ਚੰਗੀ ਹੋਵੇ ਤਾਂ ਇਹੀ ਸਰਕਾਰਾਂ ਜਿੱਥੇ ਅਸੀਂ ਧੱਕੇ ਖਾ ਰਹੇ ਹਾਂ ਤਾਂ ਇਹੀ ਸਰਕਾਰਾਂ ਸਾਡੇ ਜਾ ਕੇ ਘਰਾਂ ਦੇ ਵਿੱਚ ਕੰਮ ਕਰਨਗੀਆਂ। ਜੇ ਸਾਡੀ ਗੌਰਮੈਂਟ ਜਾਂ ਸਾਡੀ ਸਰਕਾਰ ਜਾਂ ਸਾਡੀ ਇਨਸਾਨੀਅਤ ਜਾਂ ਅਸੀਂ ਹਿੰਦੂ ਮੁਸਲਿਮ ਸਿੱਖ ਈਸਾਈ ਇੱਕ ਹੋ ਕੇ ਲੜੀਏ ਤਾਂ ਇਹ ਹੁਣ ਮੈਂ ਤੋਂ ਪੰਜਾਬੀ ਦੇ ਵਿੱਚ ਇੱਕ ਗਾਲ ਨਿਕਲ ਜਾਂਦੀ ਉਹ ਮੈਂ ਨਹੀਂ ਕੱਢਣੀ ਚਾਹੁੰਦਾ, ਪਲੀਜ਼ ਸੋਰੀ। ਜੇ ਅਸੀਂ ਇੱਕ ਇਕੱਠੇ ਹੋ ਜਾਈਏ ਤਾਂ ਇਹ ਹੀ ਬੰਦੇ ਸਾਡੇ ਘਰਾਂ 'ਚ ਜਾ ਕੇ ਕੰਮ ਕਰਨਗੇ, ਅਸੀਂ ਜਾ ਕੇ ਆਰਾਮ ਨਾਲ ਪਵਾਂਗੇ। ਇਹ ਜੋ ਸਾਤੋਂ ਕੰਮ ਕਰਾਉਂਦੇ ਨੇ ਅਸੀਂ ਇਹਨਾਂ ਤੋਂ ਕਰਾਵਾਂਗੇ। ਸਹੀ ਗੱਲ ਕਹੀ ਭਾਅ ਜੀ ਤੁਸੀਂ। ਹੋਰ ਤੁਸੀਂ ਮੈਨੂੰ ਇੱਕ ਗੱਲ ਇਹ ਵੀ ਕਹੀ ਤੀ ਵੀ ਭਾਅ ਜੀ ਇੱਕ ਗੱਲ ਹੋਰ ਤੁਹਾਡੇ ਵੱਲੋਂ ਪੁੱਛਾਂਗੇ, ਗਾਉਣ ਵਾਲਿਆਂ ਬਾਰੇ ਕੀ ਜਵਾਬ ਦੇਵੋਗੇ? ਭਾਅ ਜੀ ਗਾਉਣ ਵਾਲਿਆਂ ਨੇ ਗੰਦ ਜਿੰਨਾ ਪਾਇਆ ਮੈਂ ਨਹੀਂ ਕਹਿ ਸਕਦਾ, ਉਹ ਹਰੇਕ ਨੂੰ ਪਤਾ। ਹਰੇਕ ਜੱਟਾਂ ਦੀ ਕਹਿਣ ਦਾ ਮਤਲਬ ਵੀ ਜੱਟਾਂ ਦੀ ਜਿਵੇਂ ਮੈਂ ਵੀ ਜੱਟਾਂ, ਪੱਲੀ 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 ਕਿਹਨੂੰ ਕਹਿੰਦੇ ਨੇ ਆਪਣੇ ਆਪਣੇ ਉਹਦੇ ਵਿੱਚ ਉਹ ਹੋਊਗਾ ਵੀ ਜਾਣੀ ਕੁਛ ਵੀ ਬਕਾਇਆ ਤਾਂ ਇਹ ਜੱਟਾਂ ਨੇ, ਇਹ ਨਾ ਗਾਉਣ ਵਾਲਿਆਂ ਨੇ ਜੱਟਾਂ ਦਾ ਬਕਾਇਆ। ਨਹੀਂ ਭਾਅ ਜੀ ਇੱਥੇ ਆਪਾਂ ਕੰਟਰੋਲ ਕਰੀਏ ਥੋੜ੍ਹਾ ਜਿਹਾ, ਮੇਰੀ ਗੱਲ ਇੱਕ ਮਿੰਟ ਹੋਰ ਵੀ ਸੁਣੋ ਭਾਅ ਜੀ, ਕੰਟਰੋਲ ਨਹੀਂ ਹੁੰਦਾ ਜਿਹੜੀ ਗੱਲ ਜਜ਼ਬਾਤੀ ਹੈ ਜਜ਼ਬਾਤੀ ਹੈ। ਗਾਉਣ ਵਾਲਿਆਂ ਨੇ ਭੱਠਾ ਵੇੜਿਆ ਪੰਜਾਬੀਆਂ ਦਾ, ਹਰੇਕ ਭਾਈ ਭਾਈ ਚਾਰਾ ਰਹਿੰਦਾ ਸੀ, ਉਹ ਤੋਂ ਬਾਅਦ ਭੱਠਾ ਸਾਡਾ ਫੇਰਿਆ ਇੰਟਰਨੈੱਟ ਨੇ, ਟੈਲੀਵਿਜ਼ਨਾਂ ਨੇ। ਜੋ ਵੀ ਸਿੱਖ ਧਰਮ ਲਈ ਕੋਈ ਗੱਲ ਹੁੰਦੀ ਹੈ ਕੋਈ ਗੱਲ ਨਹੀਂ ਕਰਦਾ, ਕਿਸੇ ਲਈ ਵੀ ਕੋਈ ਗੱਲ ਹੁੰਦੀ ਹੈ ਇਹ ਲੋਕ ਦੂਜੇ ਨੂੰ ਫੜ ਕੇ ਦੂਜੇ ਦੀ ਸਿਆਸਤੀ ਲੜਾਈਆਂ, ਜਾਂ ਸਭ ਤੋਂ ਮੈਂ ਟੈਲੀਵਿਜ਼ਨ ਦੀ ਗੱਲ ਕਰਦਾ ਵੀ ਜਿਹੜੇ ਆਪਣੇ ਨਿਊਜ਼ ਟੀ ਵੀ ਵਾਲੇ ਨੇ, ਆਜ ਤੱਕ ਵਾਲੇ ਲਾ ਲਓ, ਇੰਡੀਆ ਟੀ ਵੀ ਵਾਲੇ ਲਾ ਲਓ, ਜਾਂ ਪੀ ਟੀ ਸੀ ਕਿਸੇ ਵੀ ਵਾਲੇ ਲਾ ਲਓ, ਮੈਨੂੰ ਉਹਦੇ ਤੱਕ ਕੋਈ ਮਤਲਬ ਨਹੀਂ। ਪਰ ਇਹਨਾਂ ਨੇ ਆਪਣਾ ਚੈਨਲ ਵੇਚਣ ਲਈ ਆਪਣੇ ਵਰਕਰਾਂ ਦੀਆਂ ਤਨਖਾਹਾਂ ਕਿਵੇਂ ਕੱਢਣੀਆਂ ਨੇ, ਜਿਹਨੂੰ ਲੱਖ ਲੱਖ ਰੁਪਈਆ ਦੇਣਾ ਅਤੇ ਉਹਨਾਂ ਦੇ ਨਾਲ ਬੈਠੇ ਨੇ, ਜਾਂ ਉਹਨਾਂ ਦੀਆਂ ਕਿੱਡੇ ਕਿੱਡੇ ਕੈਮਰੇ ਆ, ਉਹਨਾਂ ਨੂੰ ਸੂਟ ਕਰਨਾ, ਇਹ ਕਰਨਾ, ਬਹੁਤ ਕਰਨਾ। ਤੁਸੀਂ ਇੱਕ ਗੱਲ ਸੁਣੋ ਮੇਰੀ, ਮੈਂ ਤੁਹਾਨੂੰ ਮੋਟੀ ਉਦਾਹਰਨ ਦਿੰਦਾ ਇਸ ਗੱਲ ਕਰਕੇ, ਇਹ ਨਿਊਜ਼ਾਂ ਕਰਕੇ ਵੀ ਇੱਕ ਨਿਊਜ਼ ਦੇ ਵਿੱਚ ਇੰਨਾ ਰੁਪਈਆ ਖਰਚ ਹੁੰਦਾ, ਉਹ ਇੱਕ ਮਿੰਟ ਦੇ ਵਿੱਚ ਜਾਂ 10 ਮਿੰਟ ਦੇ ਵਿੱਚ 100 ਨਿਊਜ਼ ਸਾਨੂੰ ਅੱਜ ਤੱਕ ਤਾਂ ਡਿਕਲੇਅਰ ਕਰਦਾ। ਉਹਨੇ ਕਿੱਥੋਂ ਕਿੱਥੋਂ ਕਰਨੀ ਹੈ, ਕਿਵੇਂ